ਤੇ ਮਿੰਟੂ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਕੱਚੇ ਕੰਮਿਆਂ ਦੀ ਮੈਂ ਨਾ ਅੱਜ ਇੱਕ ਖਬਰ ਪੜ੍ਹੀ ਇੱਕ ਬੀਬੀਸੀ ਜਨਾਨੀ ਸੀ 1996 ਵਿੱਚ ਉਹ ਮਤਲਬ ਕਿਸ ਤਰ੍ਹਾਂ ਭਰਤੀ ਹੋਈ ਜੀ ਹੁਣ ਜਦੋਂ ਭਰਤੀ ਹੋ ਗਈ ਤੇ ਉਹਦਾ ਕੋਈ ਵਿਵਾਦ ਹੋ ਗਿਆ ਉਹਨੂੰ ਇਹਨਾਂ ਨੇ ਕੱਟਤਾ ਜੀ ਉਹ ਚੱਲ ਗਈ ਲੇਬਰ ਕੋਰਟ 'ਚ ਲੇਬਰ ਕੋਰਟ ਨੇ 50% ਉਹਦੇ ਜਿਹੜੇ ਹੈਗੇ ਸੀ ਪੱਤੇ ਜੀ ਜੋ ਵੀ ਉਹਨੂੰ ਮਿਲਦੇ ਸੀਗੇ ਤਨਖਾਹ ਵਗੈਰਾ ਹਾਂਜੀ ਉਹ ਸਾਰੇ ਬਹਾਲ ਕਰਕੇ ਤੇ ਉਹਨੂੰ ਕਿਹਾ ਕਿ ਭਾਈ ਤੁਹਾਨੂੰ ਇਹ ਨੌਕਰੀ ਤੇ ਲੈਣਾ ਪੈਣਾ ਹੈ ਜੀ ਜੋ ਵੀ ਕਰਮਚਾਰੀ ਹੈ ਤੁਹਾਨੂੰ ਲੈਣਾ ਪੈਣਾ ਨੌਕਰੀ ਤੇ ਜੀ ਇਸ ਦਰਮਿਆਨ ਕਿਉਂ ਹੁੰਦਾ ਹੈ ਕਿ 2011 ਚ ਸਰਕਾਰ ਪਾਲਿਸੀ ਅਡਾਪਟ ਕਰਦੀ ਆ ਕਿ 2006 ਤੱਕ ਜਿਨ੍ਹਾਂ ਨੇ 10 ਸਾਲ ਲਾਏ ਨੇ ਉਹ ਰੈਗੂਲਰ ਜਿਵੇਂ ਇਹਨਾਂ ਨੇ ਕੀਤਾ ਹੈ ਤੱਕੀ ਸਪੈਸ਼ਲ ਕੈਡਰ ਬਣਾ ਕੇ ਜੀ ਉਸ ਬੀਬੀ ਨੂੰ ਇਹਨਾਂ ਨੇ ਰੈਗੂਲਰ ਕਰਨ ਤੋਂ ਇਨਕਾਰ ਕਰ ਦਿੱਤਾ ਜੀ ਕਹਿੰਦੇ ਵੀ ਜਿਹੜਾ ਤੇਰਾ ਉਹ ਮੁਅਤਲੀ ਵਾਲਾ ਜਾਂ सस्पेंशन ਵਾਲਾ ਜਿਹੜਾ ਟਾਈਮ ਸੀ ਉਹ ਬਈ ਨਹੀਂ ਗਿਣਿਆ ਜਾਊਗਾ ਉਹ ਚੱਲ ਗਈ ਹਾਈ ਕੋਰਟ ਆ ਜੀ ਹਾਈ ਕੋਰਟ ਨੇ ਉਹਨੂੰ ਫੈਸਲਾ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਦੇਖੋ ਜਦੋਂ ਦੀ ਸਸਪੈਂਸ਼ਨ ਹੀ ਰੱਦ ਹੋ ਗਈ ਜਾ ਹੋ ਸਕਦਾ ਟਰਮੀਨੇਟ ਕਰਤਾ ਹੋਵੇ ਇਹ ਤਾਂ ਹੁਣ ਪਤਾ ਨਹੀਂ ਤੱਤ ਕੀ ਹੈ ਵੀ ਉਹ ਜਿਹੜਾ ਸਮਾਂ ਹੈ ਉਹ ਗਿਣਿਆ ਜਾਊਗਾ ਕੋਕੋ ਚੀਜ਼ ਰਾਦੀ ਹੋ ਗਈ ਜਦੋਂ ਉਹਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ ਅੱਛਾ ਸਰਕਾਰ ਜਿਹੜੀ ਕਹਿੰਦੀ ਹੈ ਕਿ ਕੱਚਾ ਕੋਈ ਰਹਿਣ ਨਹੀਂ ਦੇਣਾ ਜੇ ਕਲੋ ਅਸੀਂ ਭਰਤੀ ਨਹੀਂ ਕਰਦੇ ਕੱਚੇ ਕੱਚਾ ਕਰਨਾ ਹੀ ਨਹੀਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਹਿੰਦੇ ਜੀ ਬੇਸਿਕ ਤੌਰ ਤੇ ਉਸ ਬੀਬੀ ਕੋਲ 120 ਦਿਨਾਂ ਦਾ ਜਿਹੜਾ ਕੰਪਿਊਟਰ ਕੋਰਸ ਸੀ ਉਹ ਹੀ ਨਹੀਂ ਹੈਗਾ ਹੁਣ ਕੀ ਕਰੀਏ ਅਸੀਂ ਉਹਨੇ ਤਾਂ ਕੰਪਿਊਟਰ ਨਹੀਂ ਸਿੱਖਿਆ ਜਿਹੜਾ ਕਿ ਜ਼ਰੂਰੀ ਸੀ ਹੁਣ ਇਹ ਇਹਨਾਂ ਨੇ ਨਗੋਚ ਕੱਢਦੀ ਹਾਈ ਕੋਰਟ ਨੇ ਉੱਥੇ ਇੱਕ ਟਿੱਪਣੀ ਕੀਤੀ ਬੜੀ ਖੂਬਸੂਰਤ ਟਿੱਪਣੀ ਆ ਉਹਨਾਂ ਨੇ ਕਿਹਾ ਕਿ ਇੱਕ ਕਲਿਆਣਕਾਰੀ ਰਾਜ ਹੋਣ ਦੇ ਨਾਂ ਤੇ ਕਿ ਤੁਸੀਂ ਇਹਨਾਂ ਨਹੀਂ ਕਰ ਸਕਦੇ ਕਿ ਰੈਗੂਲਰ ਕਰਕੇ ਉਸ ਮੁਲਾਜ਼ਮ ਨੂੰ ਕਹਿ ਦਿਓ ਕਿ ਤੂੰ 120 ਦਿਨ ਦਾ ਕੋਰਸ ਕਰ ਕਿਉਂ ਬੰਨੇ ਕਰ ਦੇ ਜੇ ਜੀ ਤਾਂ ਆ ਹਾਲਿਆ ਕਿ ਮਤਲਬ ਇੱਕ ਕੱਚਾ ਮੁਲਾਜ਼ਮ ਉਹ ਵੀ ਬੀਬੀ ਭਰਤੀ ਹੋਣ ਵਾਸਤੇ ਹਾਈ ਕੋਰਟ ਤੱਕ ਜਾਂਦੀ ਹੈ ਤੇ ਉੱਥੇ ਵੀ ਕੁੰਡੀ ਕੱਢ ਲਈ ਜਾਂਦੀ ਹੈ ਕਿ ਦੇ ਦੇ ਕੋਲ ਤੇ ਜੀ ਕੰਪਿਊਟਰ ਦੀ ਸਿੱਖਿਆ ਨਹੀਂ ਸੀ ਹੈਗੀ ਤਾਂ ਹਾਈ ਕੋਰਟ ਨੇ ਉਹਨੂੰ ਹੁਕਮ ਦਿੱਤਾ ਕਿ ਕਰੋ ਰੈਗੂਲਰ ਭਾਈ ਜੀ ਇਹ ਇਹ ਹਾਲ ਹੈ ਸਰਕਾਰਾਂ ਦਾ ਜੀ 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 ਬਿਲਕੁਲ ਜੀ ਤੇ ਇਧਰੋਂ ਰੰਦਾਵਾ ਜਵੰਦਾ ਜੀ ਕਰੇ ਜੀ ਪੰਜਾਬੀ ਜਜ਼ਬਾਤੀ ਹੁੰਦੀ ਹੈ ਮਿੰਟੂ ਜੀ ਕਹਿੰਦੇ ਕਿ ਜੀ ਨਹੀਂ ਇਹ ਉਹ ਜੀ ਜਜ਼ਬਾਤ ਹੋਣੇ ਚਾਹੀਦੇ ਕਿ ਤੁਸੀਂ ਬੰਦੇ ਦੇ ਕੰਮ ਆਉਂਦੇ ਰਹੋ ਯਾਰ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਨਹੀਂ ਅਸੀਂ ਕਹਿੰਦੇ ਕਿ ਸਾਰੇ ਪੰਜਾਬੀ ਸਾਡੇ ਕੋ ਜਿਆ ਜੀ ਸਾਡੇ ਚ ਵੀ ਮੰਦੇ ਹੈਗੇ ਬਾਈ ਹਾਂਜੀ ਅਸੀਂ ਖੁਦ ਵੀ ਮੰਦੇ ਹੋ ਸਕਦੇ ਹਾਂ ਹਾਂਜੀ ਪਰ ਓਵਰਆਲ ਇਹੀ ਹੈ ਕਿ ਜਦੋਂ ਕਿਤੇ ਇਨਸਾਨੀਅਤ ਤੇ ਭੀੜ ਪੈਂਦੀ ਹੈ ਨਾ ਤਾਂ ਬਹੁਤ ਸਾਰੇ ਲੋਕ ਇਨਸਾਨੀਅਤ ਵਾਸਤੇ ਹੱਥ ਵਧਾਉਂਦੇ ਆ ਤੇ ਭਲਾਈ ਦੀ ਸਪਲਾਈ ਜਾਰੀ ਰਹਿਣੀ ਵੀ ਚਾਹੀਦੀ ਜੀ ਜੀ ਬਿਲਕੁਲ ਬਿਲਕੁਲ ਜਿੱਦੋਂ ਜੋਗੀ ਪ੍ਰਿਜ ਜੀ ਕਰੇ ਜੀ ਮੇਰੇ ਪਿੰਡ ਦਾ ਮੁੰਡੇ ਦਾ ਵੀ ਇਦਾਂ ਹੀ ਹੋਇਆ ਸੀਗਾ ਜੀ ਕੁਝ ਸਾਲ ਪਹਿਲਾਂ ਜੀ ਕਿਨੇ ਕੇ ਵੀ ਉਹ ਦਿਨ ਅਰਵਿਸਤਰ ਨੂੰ ਹਾਦਸਾ ਹੋਇਆ ਸੀ ਤੇ ਜੱਸੀ ਬਰਾੜੀ ਕਰੇ ਦਿੱਲੀ ਦੀ ਕੋਈ ਨਿਊਜ਼ ਦੱਸੋ ਜੀ ਦਿੱਲੀ ਬਾਰੇ ਕੀ ਪੁੱਛਣਾ ਚਾਹੁੰਦੇ ਬਈਆ ਤਾਂ ਸਾਫ਼ ਕਰੋ ਜੀ ਦੇਖੋ ਜੇ ਹੜ ਨਾਲ ਮੁਤਲਕ ਹੈ ਤਾਂ ਉੱਥੇ ਨਾ ਯਮਨਾ ਚੜ ਗਈ ਆ ਹਾਂਜੀ ਤਾਂ ਜਦੋਂ ਯਮਨਾ ਚੜਦੀ ਆ ਨਾ ਤਾਂ ਫਿਰ ਦਿੱਲੀ ਦਾ ਜਿਹੜਾ ਯਮਨਾ ਵਾਲਾ ਇਲਾਕਾ ਹੈ ਨੇੜਲਾ ਇਲਾਕਾ ਤਾਂ ਉਹ ਬਹੁਤ ਮਾਰ ਕਰਦਾ ਤੇ ਐਤ ਕੀ ਤੇ ਦੱਸਦੇ ਆ ਕਿ ਜਿਆਦਾ ਹੀ ਕੁਝ ਚੜ ਗਈ ਆ ਯਮਨਾ ਹੁਣ ਕੁਝ ਇੱਥੇ ਵੀ ਥਿਉਰੀਆਂ ਦਿੱਤੀਆਂ ਜਾਂਦੀਆਂ ਕਿ ਪੰਜਾਬ ਨਾਲ ਦੁਸ਼ਮਣੀ ਕੱਢਣ ਵਾਸਤੇ ਜੀ ਇਹਨਾਂ ਨੇ ਹੜ ਲਿਆਤੇ ਹੜ੍ਹ ਹਿਮਾਚਲ ਚ ਵੀ ਆ ਗਏ ਆ ਹਰਿਆਣੇ ਚ 13 14 ਜ਼ਿਲ੍ਹੇ ਡੁੱਬੇ ਪਏ ਆਪਣੇ ਬਰੋਬਰ ਹੀ ਆ ਉੱਥੇ ਵੀ ਕੰਮ ਜੀ ਇਸ ਟਾਈਮ ਤੁਹਾਨੂੰ ਪਤਾ ਨਾ ਕੱਲ ਇੱਕ ਥੱਪੜ ਮਾਰਿਆ ਔਰਤ ਨੇ ਖਿੱਚ ਕੇ ਜਜਪੀ ਦੇ ਐਮਐਲਏ ਦੇ ਤੇ ਥੱਪੜ ਵੀ ਖੱਬੇ ਹੱਥ ਨਾਲ ਮਾਰਿਆ ਮਾਨ ਸਾਹਿਬ ਜਿਵੇਂ ਕੋਈ ਤਕੜਾ ਜਾਫੀ ਧੋਲ ਮਾਰਦਾ ਨਾ ਪੁਰਾਣੀ ਕਬੱਡੀ ਚ ਵੀ ਹੁਣ ਕੀ ਲੈਣਾ ਆ ਦੇਖ ਲਓ ਉੱਥੇ ਪਟਾਕੇ ਕਿਦਾਂ ਪੈਣ ਰਹੇ ਨੇ ਪਰ ਮੈਂ ਥੱਪੜ ਦੀ ਵਕਾਲਤ ਨਹੀਂ ਕਰਦਾ ਕੇਜਰੀਵਾਲ ਸਾਹਿਬ ਦੇ ਜਦੋਂ ਪਿਆ ਸੀ ਮੈਂ ਉਦੋਂ ਵੀ ਕਹਿਆ ਸੀਗਾ ਕਿ ਨਹੀਂ ਗਲਤ ਹੈ ਇਹ ਪਰਤ ਨਹੀਂ ਚਾਹੀਦੀ ਪਰ ਗੱਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣਨੇ ਨਹੀਂ ਚਾਹੀਦੇ ਸਾਡੇ ਪੋਲੀਟਿਸ਼ਨ ਨੂੰ ਪਰ ਜਰਨੈਲ ਸਿੰਘ ਨੂੰ ਇਹਨਾਂ ਨੇ ਤੋਲਿਆ ਸੀਗਾ ਯਾਦ ਹੋਣਾ ਤੁਹਾਨੂੰ ਗਤੀ ਮਾਰਨ ਤੇ ਖੈਰ ਥੱਪੜ ਥੱਪੜੀ ਹੁੰਦਾ ਹੈ ਜੁਰ ਤਾਂ ਨਹੀਂ ਪਹਿਣਾ ਚਾਹੀਦਾ ਉਦਾਂ ਗੱਲ ਕਰੋ ਉਦਾਂ ਵਿਰੋਧ ਕਰੋ ਬਹੁਤ ਸਾਰੇ ਤੁਹਾਡੇ ਕੋਲ ਟੰਗ ਹੁੰਦੇ ਆ ਮੇਰੇ ਕਹਿਣ ਦਾ ਮਤਲਬ ਕਿ ਉੱਥੇ ਵੀ ਹੈ ਉੱਤਰਾਖੰਡ 'ਚ ਤਾਂ ਬਹੁਤ ਮੌਤਾਂ ਹੋਈਆਂ ਨੇ ਤੇ ਹੁਣ ਦਿੱਲੀ ਵੀ ਡੁੱਬ ਰਹੀ ਹੈ ਤਾਂ ਗੱਲ ਇਹ ਆ ਕਿ ਉਹ ਜਿਹੜੀ ਥਿਉਰੀ ਦਿੱਤੀ ਜਾ ਰਹੀ ਆ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਵੇਲੇ ਕੋਈ ਸਾਰਥਕ ਸਾਨੂੰ ਕੋਈ ਬਹਿਸ ਦਾ ਵਿਸ਼ਾ ਬਣਾਉਣਾ ਚਾਹੀਦਾ ਹੁਣ ਉਹ ਜਿਹੜਾ ਜਮਣਾ ਵਾਲਾ ਏਰੀਆ ਇਸ ਵੇਲੇ ਡੁੱਬ ਰਿਹਾ ਦਿੱਲੀ ਦਾ ਤਾਂ ਉਹਦੇ ਚ ਕੀ ਆ ਕਿ ਉਹਨਾਂ ਨੇ ਇਤਿਆਤਨ ਗੱਡੀਆਂ ਵੀ ਬੰਦ ਕਰ ਦਿੱਤੀਆਂ ਨੇ ਮਾਲ ਗੱਡੀਆਂ ਵਗੈਰਾ ਕੇ ਜਿਹੜੀ ਇਸ ਤਰ੍ਹਾਂ ਦੀ ਟੁਆ ਟੁਆਈ ਆ ਸਭ ਕੁਝ ਬੰਦ ਹੈ ਇੱਕ ਵਾਰੀ ਤਾਂ ਦਿੱਲੀ ਦੇ ਵਿੱਚ ਵੀ ਹੜ੍ਹਾਂ ਦੀ ਸੰਭਾਵਨਾ ਬਣੀ ਪਈ ਆ ਤੇ ਜਿਹੜਾ ਹੁਣ ਜਮਣਾ ਵਾਲਾ ਇਲਾਕਾ ਹੁੰਦਾ ਕਿਉਂਕਿ ਜਮਨਾ ਦੇ ਵਿੱਚ ਵੀ ਤੁਸੀਂ ਦੇਖੋਗੇ ਨਜਾਇਜ਼ ਕਬਜ਼ੇ ਬਹੁਤ ਹੋਏ ਨੇ ਤਾਂ ਉਹ ਤਾਂ ਫਿਰ ਪਹਿਲੇ ਹੱਕੇ ਉਹ ਕਹਿ ਲੋ ਕਿ ਜਾਣਾ ਹੀ ਜਾਣਾ ਹੈ ਨਾ ਪਹਿਲੇ ਹੱਲੇ ਹੀ ਜਾਣਾ ਹੀ ਜਾਣਾ ਹੈ ਤੇ ਇਸ ਕਰਕੇ ਹੁਣ ਉੱਥੇ ਇਹ ਚੀਜ਼ਾਂ ਜਿਹੜੀਆਂ ਨੇ ਇਤਿਆਤਨ ਲੋਕਾਂ ਨੂੰ ਹਦੈਤਾਂ ਦੇ ਰੂਪ ਦੇ ਵਿੱਚ ਦਿੱਤੀਆਂ ਜਾ ਰਹੀਆਂ ਕਹਿ ਨਹੀਂ ਕਰਨਾ ਹੈ ਨਹੀਂ ਕਰਨਾ ਤਾਂ ਉੱਥੇ ਵੀ ਸਥਿਤੀ ਜਿਹੜੀ ਹੈ ਗੜਬੜ ਵਾਲੀ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਆਪਣਾ ਐਮ ਐਚ ਜਿਹਨੇ ਨੇ ਹੈਰ ਸਲੂਨ ਤੋਂ ਇਹ ਕਹਰੇ ਭਾਈ ਜੂ ਐਮ ਐਲ ਏ ਜੀ ਕੇ ਦੇਨੇ ਜੀ ਕਨੇ ਕੀ ਚੀਕਾ ਆ ਬੋਲਾ ਚੀਕਾ ਗੋਲਾ ਚੀਕਾ ਹਾਂਜੀ ਆਪਾ ਗੋਲਾ ਚੀਕਾ ਕਹਦੇ ਨੇ ਆ ਜਿਆਦਾ ਗੋਲੇ ਨਾ ਮਸ਼ਹੂਰ ਆ ਉਹ ਗੋਲਾ ਚੀਕਾ ਹਾਂਜੀ ਗੋਲਾ ਤੇ ਚੀਕਾ ਜੀ ਜੀ ਬਿਲਕੁਲ ਜੀ ਮੈਂ ਇਹਨਾਂ ਨੂੰ ਦੱਸ ਦੇਵਾਂ ਇਹ ਉੱਥੋਂ ਦੇ ਹੋਣੇ ਆ ਸ਼ਾਇਦ ਕਿ ਭਾਈ ਜੇ ਉਸ ਏਰੀਏ ਦੇ ਆ ਅਸੀਂ ਚੀਕੇ ਮੰਡੀ ਚ ਫਸਲ ਸੁੱਟ ਕੇ ਆਉਂਦੇ ਰਹੇ ਹਾਂ ਜੀ ਜੀ ਬਿਲਕੁਲ ਉਦੋਂ ਬਹੁਤ ਸਾਰੇ ਪੰਜਾਬੀਆਂ ਦੀਆਂ ਨਾ ਇਧਰਲੇ ਪਿੰਡਾਂ ਦੀਆਂ ਪਟਿਆਲੇ ਜ਼ਿਲ੍ਹੇ ਦੀਆਂ ਆੜ ਤਾਂ ਹਰਿਆਣੇ ਵੱਲ ਹੁੰਦੀਆਂ ਸਨ ਇਹ ਨਹੀਂ ਸਾਜ ਰਹੀ ਹੈ ਸਾਹਬ ਲਾਲੋ ਹੁਣ ਤਾਂ ਫਸਲਾਂ ਹੀ ਨਹੀਂ ਜਾਂਦੀਆਂ ਨੇ ਇੱਕ ਦੂਜੇ ਦੇ ਜੀ ਤੇ ਉਹ ਦਾਣਾ ਮੰਡੀ ਚ ਅਸੀਂ ਫਸਲ ਸੁੱਟ ਕੇ ਆਉਂਦੇ ਹੁੰਦੇ ਸੀਗੇ ਜੀ ਉੱਥੇ ਆੜਤ ਤੋਂ ਪੈਸੇ ਪੂਸੇ ਲੈ ਕੇ ਆਉਨੇ ਜੀ 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 ਬਿਲਕੁਲ ਜੀ ਤੇ ਇਧਰੋਂ ਮੈਂ ਅੱਗੇ ਨੂੰ ਚੱਲਦਾ ਮਿੰਟੂ ਜੀ ਇੱਕ ਦੋ ਕਮੈਂਟ ਹੋਰ ਲੈ ਲਾਂ ਜੀ ਮੁਸਤਾਕ ਜੀ ਕਹਿੰਦੇ ਮਿੰਟੂ ਜੀ ਚੱਲਦੇ ਪਾਣੀ ਦੇ ਵਿੱਚ ਟੁੱਟੇ ਬੰਨ ਲਾ ਬਣਾ ਰਹੇ ਆ ਜੀ ਇਹ ਪਹਿਲਾਂ ਮਜ਼ਬੂਤ ਨਹੀਂ ਹੋ ਸਕਦੇ ਸੀਗੇ ਕਹਿੰਦੇ ਜੀ ਵੀ ਮਤਲਬ ਪਹਿਲਾਂ ਮਜ਼ਬੂਤ ਬਣਾਉਣੀ ਚਾਹੀਦੀ ਸੀ ਭਾਵੇਂ ਇਹਨਾਂ ਨੇ ਕਹਿੰਦਾ ਗੱਲ ਠੀਕ ਵੀ ਹੈ ਵੈਸੇ ਤਾਂ ਪਹਿਲਾਂ ਮਜ਼ਬੂਤੀ ਹੋਣੀ ਚਾਹੀਦੀ ਸੀ ਸਰੋ ਕੋਈ ਗੱਲ ਨਹੀਂ ਹੈ ਜਿਹੜੀ ਹਿੰਮਤ ਤੇ ਦਿਖਾ ਰਹੇ ਹਨ ਨਾ ਇਹ ਲੋਕ ਜੀ ਇਹ ਸਲੂਟ ਦੇ ਕਾਬਿਲ ਆ ਤੇ ਇਧਰੋਂ ਵੀ ਆਪਣੇ ਵਾਲੇ ਪਾਸਿਓ ਵੀ ਮੈਨੂੰ ਲੱਗਦਾ ਹੁਣ ਕਈ ਪਿੰਡਾਂ ਚੋਂ ਇਕੱਠਾ ਕੀਤਾ ਜਾ ਰਿਹਾ ਸਮਾਨ ਤੇ ਇਧਰੋਂ ਵੀ ਹੌਲੀ ਹੌਲੀ ਤੁਹਾਡੇ ਰਾਹ ਖੁੱਲਣਗੇ ਜਾਂ ਥੋੜਾ ਕੰਮ ਘਟੇਗਾ ਤੇ ਇਧਰੋਂ ਵੀ ਇਮਦਾਦ ਪਹੁੰਚ ਜੇ ਪਹੁੰਚ आएगी ਜੀ ਬੰਦੇ ਪਹੁੰਚਣਗੇ ਲੋਕ ਪਹੁੰਚਣਗੇ ਜੀ ਪਿੰਡਾਂ ਚੋਂ ਮੁੰਡੇ ਜਾਣਗੇ ਤਾਂ ਹਾਲ ਦੀ ਘੜੀ ਤਾਂ ਕੁਝ ਸੁੱਝਦਾ ਨਹੀਂ ਜੇ ਸਰਕਾਰ ਵੀ ਅਪੀਲ ਕਰ ਦੇਵੇ ਤਾਂ ਮੈਨੂੰ ਲੱਗਦਾ ਕਿ ਇਧਰੋਂ ਆਪਣਾ ਖਾਸ ਤੌਰ ਤੇ ਜਿਹੜਾ ਵੈਸਟਰਨ ਮਾਲਵਾ ਹੈ ਇਧਰੋਂ ਬਹੁਤ ਸਾਰੇ ਪਿੰਡਾਂ ਚੋਂ ਚਲੇ ਜਾਣਗੇ ਲੋਕ ਸੇਵਾ ਕਰਨ ਇਹਨੇ ਨਾਲ ਇਹਨਾਂ ਦਾ ਇਹ ਜਿਹੜੇ ਬਹੁਤ ਹਿੰਮਤੀ ਲੋਕ ਆ ਇਹਨਾਂ ਦਾ ਹੱਥ ਵੰਡਾਇਆ ਜਾਏਗਾ ਸਰਕਾਰ ਨੂੰ ਚਾਹੀਦਾ ਅਪੀਲ ਕਰ ਸਕਦੀ ਆ ਉਹ ਜੀ ਕਿ ਭਾਈ ਤੁਸੀਂ ਵੀ ਜਾ ਕੇ ਟਰਾਲੀਆਂ ਟਰੈਕਟਰ ਲਿਆ ਕੇ ਜਿੱਥੇ ਕਿਤੇ ਜ਼ਰੂਰਤ ਆ ਲੱਗੋ ਨਾਲ ਬਿਲਕੁਲ ਬਲਜਿੰਦਰ ਜੀ ਕਰੇ ਮਿੰਟੂ ਜੀ ਬੱਸ ਚੰਡੀਗੜ੍ਹ ਡਿਪੂ ਦੀ ਸੀਜੀ ਰਾਤ 12 ਵਜੇ ਮਨਾਲੀ ਪਹੁੰਚ ਗਈ ਸੀ ਜੀ ਉਹਨਾਂ ਨੇ ਬੱਸ ਸਟੈਂਡ ਨਹੀਂ ਰੋਕੀ ਬੱਸ ਪਾਰਕਿੰਗ 'ਚ ਬੱਸ ਪਾਰਕਿੰਗ 'ਚ ਨੀਵੀਂ ਜਗ੍ਹਾ ਸੀ ਜਿੱਥੇ ਲੱਗੀ ਸੀ ਤੇ ਇਸ ਕਰਕੇ ਉੱਥੇ ਪਾਣੀ ਆ ਗਿਆ ਕਿਨ ਇਥੇ ਰੋਡ 'ਤੇ ਆਹ ਹੋ ਸਕਦਾ ਹੈ ਜੀ ਜੇ ਉੱਥੇ ਬੱਸ ਰੁਕੀ ਆ ਰਾਤ ਦਾ ਸਟੇ ਸੀ ਤਾਂ ਫਿਰ ਤਾਂ ਹੋ ਸਕਦਾ ਦੋਵੇਂ ਡਰਾਈਵਰ ਕੰਡਕਟਰ ਇਸ ਉੱਤੇ ਹੋਣ ਜੀ ਜੇ ਕੰਡਕਟਰ ਮੰਨ ਲਓ ਕਿਤੇ ਪਾਸੇ ਸੁੱਤਾ ਹੁੰਦਾ ਤੇ ਇੱਕ ਜਣਾ ਗੱਡੀ 'ਚ ਹੁੰਦਾ ਤੇ ਉਹ ਸਾਹਮਣੇ ਆ ਜਾਣਾ ਸੀਗਾ ਜੀ ਇਹ ਇਹ ਗੱਲ ਬਹੁਤ ਤਾਰਕਿਕ ਹੈ ਤੇ ਜਾਣਕਾਰੀ ਭਰਪੂਰ ਆ ਕਿ ਇਸ ਤਰ੍ਹਾਂ ਹੋ ਸਕਦਾ ਹੈ ਜੀ ਜੇ ਬੱਸ ਸਟੈਂਡ 'ਚ ਰਹਿੰਦੇ ਤਾਂ ਮੈਨੂੰ ਲੱਗਦਾ ਜ਼ਿਆਦਾ ਸੇਫ ਸੀ ਜੀ ਬਿਲਕੁਲ ਪਰ ਹੁਣ ਇਹ ਤਾਂ ਗੱਲਾਂ ਹੁੰਦੀਆਂ ਤੇ ਬਾਅਦ 'ਚ ਆਪਣੀ ਜੇ ਹੁੰਦੀ ਆ ਕਿ ਜਿੱਦਾਂ ਹੁੰਦਾ ਤੇ ਬਿਲਕੁਲ ਕਰਕੇ